हाँ जी सत श्री अकाल सारिआं नूं, की हाल चाल ने, किद्दां सारे घैंट हो? हाँ जी इधर कोटी नहीं डिसाइड होण डई कि कोटी पाईए, चिट्टी पाईए कि पीली पाईए। इधर मोटरसाइकल मारी जांदा धूआं, लो जी जाम बहुत लग गया। घर आपां आ गए आउंदिआं नूं, ताला वजा के घर देखदे गए लगदा सारे। हाँ जी हुण ਕਿੱਦਾਂ ਕਰਨੀ? ਆਪਾਂ ਆ ਗਏ ਹਾਂ ਮਹਿਤਾ ਚੌਂਕ, ਇੱਥੋਂ ਆਪਾਂ ਲਵਾਂਗੇ ਕਿਰਨ ਦੀ ਦਵਾਈ, ਮੈਡੀਸਨ ਲੈਣ ਆਏ ਹਾਂ। ਕਿਸੇ ਨੇ ਦੱਸਿਆ ਕਿ ਇੱਥੇ ਇੱਥੇ ਟਾਈਫਾਇਡ ਬੁਖਾਰ ਵਾਸਤੇ ਕੋਈ ਮੈਡੀਸਨ ਦਿੰਦਾ, ਨਹੀਂ ਰੋਡ ਕਰਤਾ ਨਾ ਚੌੜਾ, ਰੁੱਖ ਵੱਟਤੇ ਸਾਰੇ। ਇਹ ਜਿਹੜੇ ਰੁੱਖ ਇਹ ਆ ਗਏ ਆ ਸੜਕ ਦੇ ਵਿੱਚ, ਸੜਕ ਹੋਣੀ ਚੌੜੀ ਅਤੇ ਤਾਂ ਕਰਕੇ ਰੁੱਖਾਂ ਦੀ ਵਢਾਈ ਚੱਲ ਰਹੀ ਆ। ਉਹ ਗਾੜੀ ਵਿਖਵਾਵੇ ਆ ਸਾਰੇ ਪੁੱਟ ਦਿੱਤੇ ਆ, ਮੁੰਡਾ ਸਣੇ ਪੜਤੇ ਆ ਦੇਖ, ਵੀਰ ਦਾ ਮਿਲਣੀ ਹੋਣ ਡੇ ਸ਼ਾਮ ਦੇ ਵੇਲੇ। ਵੀਰ ਦਾ ਵਿਆਹ ਬੱਲੇ ਸ਼ੇਰਾ ਮਮਾ ਸਿੰਘ ਹੋਣ ਡਈ। ਵੀਰ ਜੀ ਪਾਉਣ ਭੰਗੜਾ ਇਧਰ ਇਧਰ ਆਈ, ਉਹ ਪਿੰਡ ਦਾ ਨਾ ਇਧਰ ਨੂੰ ਦੱਸਿਆ ਜੀ ਆਹੀ ਆਹੀ ਆਪਾਂ ਗੱਡੀ ਭਾਜੀ ਇਧਰ ਲਾ ਲਾਂਗੇ, ਉਹ ਇੱਥੇ ਮੰਡੀ ਦੇ ਵੈਸ ਸਾਈਡ ਆਪਾਂ ਆ ਗਏ ਹੁਣ ਇੱਥੇ ਬਾਜ਼ਾਰ ਦੇ ਵਿੱਚ ਗਾਂਧੀ ਚੌਂਕ ਲਾਗੇ। ਮੈਡੀਸਨ ਆਪਾਂ ਲੈ ਲਈ ਆ ਅਤੇ ਹੁਣ ਆਪਾਂ ਆ ਗਏ ਲੱਕੜ ਮੰਡੀ ਲੱਗ ਗਏ, ਇੱਥੋਂ ਲਵਾਂਗੇ ਆਪਾਂ ਗੀਜ਼ਰ ਜੇ ਪਸੰਦ ਆਊਗਾ। ਨਾਲ ਸਪੈਸ਼ਲਿਸਟ ਆਏ ਨੇ ਸਾਡੇ ਨਾਲ, ਉੱਦਾਂ ਮੋਟਰਸਾਈਕਲ 'ਤੇ ਆਉਣਾ ਨਹੀਂ, ਮੈਂ ਕਿਹਾ ਚਲੋ ਗੱਡੀ 'ਚ ਰੱਖ ਕੇ ਲੈ ਜਾਵਾਂਗੇ, ਤਾਂ ਉੱਦਾਂ ਨਹੀਂ ਤਾਂ ਤੋੜ ਪਵਾਂਗੇ। ਚਾਰ ਬੰਦੇ ਗੀਜ਼ਰ ਲੈਣ ਆਏ, ਚਲੋ ਵੀ ਚਲੋ ਜਾਣ ਦਿਓ। ਆਹ ਆਪਣਾ ਆਇਆ ਗਾਂਧੀ ਚੌਂਕ, ਟ੍ਰੈਫਿਕ ਬਹੁਤ ਜ਼ਿਆਦਾ ਅਤੇ ਗੱਡੀ ਲਾਉਣ ਵਾਸਤੇ ਜਗ੍ਹਾ ਹੈ ਨਹੀਂ। ਆਹ ਦੁਕਾਨ ਬੜੀ ਮਸ਼ਹੂਰ, ਸਿਹਰੇ ਚੂੜੇ ਕਲੀਰੇ ਵਗੈਰਾ ਆਪਣੇ ਨਾਂ ਦੇ ਤਿਆਰ ਹੁੰਦੇ। ਇੱਥੇ ਲਾ ਦੀ ਆਪਾਂ ਗੱਡੀ, ਆ ਗਈ ਆਪਣੀ ਦੁਕਾਨ, ਚੱਲ ਵੀ ਚੱਲੋ ਅੱਗੇ। ਇੱਥੇ ਦੇਖਣ ਵਾਸਤੇ ਆਏ ਹਾਂ ਆਪਾਂ ਗੀਜ਼ਰ ਭਾਜਣ ਵਾਸਤੇ, ਆ ਸਾਰੀਆਂ ਫਰਿੱਜਾਂ ਨਹੀਂ, ਇਹ 'ਚ ਜਿਹੜੀ ਸਭ ਨੂੰ ਮਹਿੰਗੀ ਫਰਿੱਜ ਆ ਉਹ ਪਿਛੋਬਲ ਕਿਹੜੀ ਆ, ਇਹ ਨੀਜੀ ਦੁਕਾਨ ਆ। ਵਾਹ ਜੀ ਵਾਹ, ਅੱਛਾ ਇੱਧਰ ਆ ਲੱਗੇ ਗੀਜ਼ਰ ਉੱਪਰ ਵੀ ਕਿੰਨੇ, ਫੋਨ ਕਰ ਬੰਦੇ ਨੂੰ ਬੁਲਾਉਣ ਨੂੰ, ਲਓ ਇੱਥੋਂ ਲਵਾਂਗੇ ਅਸੀਂ ਗੀਜ਼ਰ, ਦੇਖਦੇ ਪਏ ਹੁਣ ਕਿਹੜਾ ਸਲੈਕਟ ਕਰਦੇ। ਆਹ ਦੇਖੋ ਐਲਸੀਡੀਆਂ ਲੱਗੀਆਂ ਨੇ, ਬਹੁਤ ਵਧੀਆ ਸਸਤੇ ਰੇਟਾਂ ਵਿੱਚ ਇੱਥੋਂ ਮਿਲਦੀਆਂ ਨੇ, ਬਹੁਤ ਵਧੀਆ। ਉਹ ਲੈ ਆਹ ਵੇਖਣ ਡੇ ਨੇ ਇੱਧਰ, ਸਸਤੇ ਆ ਆਹ ਦੋ, ਜਿਹੜੇ ਆਹ ਵਾਲੇ ਮਹਿੰਗੇ ਨੇ, ਆਹ ਦੋ ਇਹ ਮਹਿੰਗੇ ਆ। ਲੈਣਾ ਕੁਛ ਨਹੀਂ, ਲੈਣਾ ਕੁਛ ਨਹੀਂ ਹੁੰਦਾ ਤੇ ਬਸ ਸਿਰ ਖਵਾਈ ਜ਼ਿਆਦਾ ਤੁਹਾਡੀ। ਫੋਨ ਕਰਕੇ ਪੁੱਛਿਆ ਲੈ ਲਈਏ, ਜਿਹੜਾ ਬੰਦਾ ਕੰਮ ਕਰਦਾ ਰਹੇ ਉਹਨੂੰ ਪੁੱਛਣਾ ਪੈਂਦਾ। ਇਹਨਾਂ 2 ਸਾਲ ਦੀ ਗਰੰਟੀ ਨਹੀਂ ਮਿਲਦੀ, ਸਾਲ ਦੀ ਨਹੀਂ, ਫਿਰ ਆਹ ਲੈਣੀ ਦੂਜਾ, ਇਹਨੇ ਫਿਟਿੰਗ ਨਹੀਂ ਮਿਲਦੀ। ਲੈਣਾ ਪੈਂਦਾ ਜੇ ਬੰਦੇ 3-4 ਆਏ ਲੈਣ ਵਾਸਤੇ ਗੀਜ਼ਰ। ਵੇ ਗੀਜ਼ਰ ਵੇ, ਤੂੰ ਇੱਧਰ ਚੈੱਕ ਕਰ, ਗੀਜ਼ਰ ਚੈੱਕ ਕਰ ਕਿਹੜਾ ਲਾਉਣਾ। ਆਹ ਆਹ ਇਹਦਾ ਇਹ ਤੇ ਰੈਡ ਸਟਾਰ, ਰੈਡ ਸਟਾਰ ਇਹਦਾ ਇਹਦੇ ਤੇ ਓਰੀਅੰਟ ਇਹ ਫਰਕ ਹੁੰਦਾ ਜੇ ਮਤਲਬ ਉਹਦੇ ਵਿੱਚ ਹੁੰਦਾ ਸਿੰਗਲ ਥਰਮੋਸਟੇਟ, ਇਹਦੇ ਤੇ ਇਹਦੇ ਵਿੱਚ ਹੁੰਦਾ ਡਬਲ ਥਰਮੋਸਟੇਟ। ਡਬਲ ਥਰਮੋਸਟੇਟ ਦਾ ਕੀ ਮੈਨੂੰ ਹੁੰਦਾ ਕਿ ਕੱਲ੍ਹ ਮੰਨ ਲਓ ਇੱਕ ਥਰਮੋਸਟੇਟ ਖਰਾਬ ਹੋ ਜਾਵੇ ਤਾਂ ਆਟੋਮੈਟਿਕ ਦੂਜੇ ਤੋਂ ਸ਼ਿਫਟ ਹੋ ਜਾਂਦਾ, ਜੇ ਸ਼ਿਫਟ ਹੋ ਜਾਂਦਾ। ਅੱਛਾ ਅੱਛਾ ਇਹ ਵਧੀਆ। ਬੜੀ ਮੁਸ਼ਕਲ ਤੋਂ ਬਾਅਦ ਆਪਾਂ ਗੀਜ਼ਰ ਫਾਈਨਲ ਕਰ ਲਿਆ, ਅੱਜ ਮਸ਼ੀਨਾਂ ਘੁਮਾ ਘੁਮਾ ਵੇਖਣ ਡੇ, ਖਰਾਬ ਨਾ ਕਰ ਦਿਓ ਸਾ ਮੁੜ ਕੇ ਉਹ ਕਰ ਵੀ ਖੜਨ ਦੀ ਬਜਾਏ ਚੀਜ਼ ਪੈਸੇ ਦੇ ਗਈ। ਗੀਜ਼ਰ ਆਪਾਂ ਫਾਈਨਲ ਕਰ ਲਿਆ, ਆ ਆ ਕੀਤਾ ਨਾ, ਆ ਕੀਤਾ ਚਲੋ ਚੱਲੀਏ, ਹੁਣ ਚੱਲੀਏ ਕਰਨ ਫਾਈਨਲ। ਚਲੋ ਫਿਰ ਦੇਖੋ
ਆਵਾਜ਼ ਮਾਰ ਲਓ ਨਹੀਂ ਤੇ ਲੱਗਦਾ ਨਹੀਂ ਕਿਹਦਾ ਕਰਦੇ ਕਈ ਲੋਕੀ ਭੰਗੜਾ ਬੜਾ ਕਰਦਾ ਪਾਉਂਦੇ ਆਪਾਂ ਪਹੁੰਚ ਗਏ ਆਪਣੇ ਘਰ ਉਹ ਰਾਹ ਚ ਰਸਤਾ ਕੀ ਨਹੀਂ ਤੁਹਾਡੇ ਗਵਾਂਢੀ ਦਾ ਵਿਆਹ ਹੈਗਾ ਜਾਂਦੇ ਜਾਂਦੇ ਆਪਾਂ ਇਹਨੀ ਚਾਦਰ ਉੱਤੇ ਦੇ ਦੇ ਚਾਦਰੇ ਲਓ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਗਿੱਜਰ ਆ ਗਿਆ ਜੀ ਇੱਧਰ ਆ ਦੋ ਮਾਸੀ ਨੂੰ ਵਿਖਾਓ ਲਓ ਜੀ ਮਾਸੀ ਜੀ ਅੱਜ ਇਹਨੂੰ ਫਿੱਟ ਕਰ ਦੇਣਾ ਆਪਾਂ ਸਤਿ ਸ਼੍ਰੀ ਅਕਾਲ ਮਾਸੀ ਜੀ ਹੋਰ ਸੁਣਾਓ ਵਧਾਈਆਂ ਵਧਾਈਆਂ ਬਹੁਤ ਬਹੁਤ ਤੁਹਾਨੂੰ ਗਿੱਜਰ ਆ ਗਿਆ ਤੁਹਾਡੇ ਘਰੇ ਚੰਗਾ ਮਿਹਰਬਾਨੀ ਤੇਰੀ ਓਕੇ ਬਾਏ ਬਾਏ ਫਿਰ ਮਿਲਦੇ ਹੁਣ ਬਸ ਗੱਡੀ ਤਾਂ ਵਧਾਈਆਂ ਵਧਾਈਆਂ ਨਹੀਂ ਗੱਡੀ ਤਾਂ ਹੀ ਆਪਾਂ ਕਹੀ ਗੀ ਚੱਲੇ ਹੋਣ ਵਾਸਤੇ ਠੀਕ ਮਿਹਰਬਾਨੀ ਹੈ ਓਕੇ ਥੈਂਕ ਯੂ ਮੋਟਰਸਾਈਕਲ ਤੇ ਆਉਣਾ ਨਹੀਂ ਓਕੇ ਥੈਂਕ ਯੂ ਵੈਰੀ ਮਚ ਕਹਿੰਦਾ ਲੈ ਆਈਏ ਤੇ ਰੋਟੀ ਹਾਂਜੀ ਇਹ ਵਲੋਗ ਫਿਰ ਕਿਵੇਂ ਦਾ ਲੱਗਾ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਅੱਜ ਆਪਾਂ ਗਏ ਮਹਿਤਾ ਚੌਂਕ ਕਰਨ ਦੀ ਮੈਡੀਸਨ ਲੈਣ ਵਾਸਤੇ ਟਾਈਫਾਇਡ ਦੀ ਅਤੇ ਉੱਥੋਂ ਅੱਜ ਥੋੜ੍ਹਾ ਜਿਹਾ ਇਹਨੂੰ ਫਰਕ ਵੱਜ ਚਲੋ ਨਾਲੇ ਲਿਆਂਦਾ ਗੀਜਰ ਅਤੇ ਨਾਲੇ ਆਉਂਦਿਆਂ ਟਾਈਮ ਆਪਾਂ ਫਿਰ ਗੀਜਰ ਲਿਆ ਅਤੇ ਸਵੇਰੇ ਉਹਨੂੰ ਫਿਟਿੰਗ ਫੁਟਿੰਗ ਕਰਾਂਗੇ ਇਹ ਕਹਿੰਦੇ ਮੈਂ ਆਪ ਹੀ ਫਿਟਿੰਗ ਕਰ ਲੈਣੀ ਆ ਆਪ ਹੀ ਕੰਮ ਕਰ ਲੈਣਾ ਬਾਹਰੋਂ ਨਹੀਂ ਲਿਆਉਣਾ ਉਹਨੇ ਪੈਸੇ ਲੈ ਜਾਣੇ ਵਾਧੂ ਦੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਸਵੇਰੇ ਘੈਂਟ ਜਿਹੇ ਵਲੌਗ ਦੇ ਨਾਲ ਚਲੋ ਠੀਕ ਹੈ ਫਿਰ ਮਿਲਦੇ ਹਾਂ।